ਵੱਡੀ ਖਬਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ ਜੁੜੀ ਹੋਈ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਕਾਂਗੜ ਦੇ ਘਰ ਛਾਪਾ ਮਾਰਿਆ। ਬਠਿੰਡਾ ਦੇ ਪਿੰਡ ਕਾਂਗੜ ਪਹੁੰਚੀ ਹੋਈ ਹੈ ਵਿਜੀਲੈਂਸ ਦੀ ਟੀਮ। ਟੀਮ ਦੇ ਦਰਜਨ ਤੋਂ ਵੱਧ ਮੈਂਬਰ ਕਾਂਗੜ ਦੇ ਘਰ ਵਿੱਚ ਦਾਖਲ ਹੋਏ ਨੇ, ਜਿਨ੍ਹਾਂ ਨੇ ਘਰ ਦੀ ਮਿਣਤੀ ਕੀਤੀ ਹੈ। ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ, ਜਿਸ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਜੂਨ 2022 ਵਿੱਚ ਗੁਰਪ੍ਰੀਤ ਸਿੰਘ ਕਾਂਗੜ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਪਿਛਲੇ ਸਾਲ ਅਕਤੂਬਰ ਮਹੀਨੇ 2023 ਵਿੱਚ ਉਹਨਾਂ ਨੇ ਮੁੜ ਤੋਂ ਕਾਂਗਰਸ ਵਿੱਚ ਵਾਪਸੀ ਕੀਤੀ ਸੀ। ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਹ ਮੰਤਰੀ ਸਨ। ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਛਾਪਾ ਮਾਰਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਦੀ ਮਿਣਤੀ ਕੀਤੀ ਹੈ। ਸਾਡੇ ਚੰਡੀਗੜ੍ਹ ਤੋਂ ਪਹਿਲੇ ਤਾਂ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਵੀ ਉਹਨਾਂ ਨੇ ਡਿਸਪ੍ਰੋਪੋਰਸ਼ਨਲ ਐਸੈਟਸ ਦੇ ਰਿਗਾਰਡਿੰਗ ਇਹਦੀ ਇਨਕੁਆਇਰੀ ਚੱਲ ਰਹੀ ਹੈ ਗੁਰਪ੍ਰੀਤ ਕਾਂਗੜ ਦੀ। ਉਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਨਕੁਆਇਰੀ ਦੇ ਵਿੱਚ ਅਸੀਂ ਉਹਨਾਂ ਦੇ ਘਰ ਦੇ ਵੀ ਜਿਹੜੇ ਜੋ ਐਸੈਟਸ ਬਣਾਏ ਨੇ ਉਹਨਾਂ ਨੂੰ ਵੈਰੀਫਾਈ ਕਰਾਉਣ ਵਾਸਤੇ ਚੰਡੀਗੜ੍ਹ ਤੋਂ ਟੀਮ ਲਵਾਈਆਂ ਸੀਗੀਆਂ ਸਾਡੇ ਕੋਲ। ਇਹਦੇ ਵਿੱਚ SPN ਸਾਹਿਬਾਨ ਸੀਗੇ ਚੰਡੀਗੜ੍ਹ ਤੋਂ ਆਏ ਹੋਏ ਸੀ, ਸ਼੍ਰੀ ਸੁਰੇਸ਼ ਕੁਮਾਰ ਜੀ। ਉਹਨਾਂ ਨੇ ਇਹਨਾਂ ਦੀ ਡਿਸਪ੍ਰੋਪੋਰਸ਼ਨਲ ਐਸੈਟਸ ਦੀ ਜਿਹੜੀ ਆ ਮੇਜਰਮੈਂਟਸ ਜੋ ਕਰਨੀ ਸੀਗੀ ਉਹ ਅਸੀਂ ਮੋਸਟਲੀ ਕਰ ਲਈ ਸੀਗੀ, ਪਰ ਲਾਸਟ ਦੇ ਵਿੱਚ ਜਦੋਂ ਦੋ ਕਮਰੇ ਰਹਿ ਗਏ ਸਾਡੇ ਚੈੱਕ ਕਰਨ ਵਾਲੇ ਤਾਂ ਉਹਨਾਂ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਜਿਹੜੇ ਮੇਨ ਇਹਦਾ ਬੇਟਾ ਸੀਗਾ ਹਰਮਨਵੀਰ ਸਿੰਘ ਇਹਨਾਂ ਦੀ ਹਾਜ਼ਰੀ 'ਚ ਅਸੀਂ ਕਰ ਰਹੇ ਸੀ, ਉਹ ਉੱਥੋਂ ਕਹਿੰਦੇ ਜੀ ਅਸੀਂ ਤਾਂ ਜਾ ਰਹੇ ਹਾਂ ਜੀ। ਉਹ ਫਿਰ ਸਾਡੇ ਨਾਲ ਕੋਪਰੇਟ ਨਹੀਂ ਕੀਤਾ ਅਤੇ ਚਲੇ ਗਏ ਉਹ। ਅਤੇ ਹੁਣ ਇਸ ਤੋਂ ਬਾਅਦ ਅਸੀਂ ਦੁਬਾਰੇ ਜਿਹੜਾ ਜੋ ਪ੍ਰੋਸੈਸ ਹੈਗਾ ਕਿਉਂਕਿ ਮੋਸਟਲੀ 90% ਤਾਂ ਤਕਰੀਬਨ ਕੰਪਲੀਟ ਹੋਈ ਆ ਪ੍ਰੋਸੈਸ ਸਾਡਾ, ਜੋ ਰਹਿੰਦਾ ਹੈਗਾ ਉਹ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ। ਨਹੀਂ ਬਰਾਮਦਗੀ ਦੇ ਰਿਲੇਟਡ ਰੇਟ ਨਹੀਂ ਸੀਗਾ ਜੀ ਇਹ, ਇਹਦੇ 'ਚ ਸਿਰਫ ਇਹਨਾਂ ਦੇ ਘਰ ਦੇ ਵਿੱਚ ਜੋ ਐਸੈਟਸ ਬਣਾਏ ਹੋਏ ਆ ਉਹਨਾਂ ਦੇ ਅਸੀਂ ਵੈਰੀਫਿਕੇਸ਼ਨ ਵਾਸਤੇ ਅਤੇ ਉਹਦੀ ਜਿਹੜੀ ਮੇਜਰਮੈਂਟ ਕਰਵਾ ਕੇ ਟੋਟਲ ਉਹਦਾ ਐਸਟੀਮੇਟ ਲਗਾਉਣਾ ਸੀ ਵੀ ਕਿੰਨੀ ਇਹਦੇ 'ਚ ਕਿੰਨਾ ਖਰਚਾ ਆਇਆ ਕੀ ਹੈਗਾ, ਉਹਦੇ ਮੁਤਾਬਕ ਜਿਹੜੇ ਐਸੈਟਸ ਨੇ ਵੀ ਇੰਨੇ ਬਣਾਏ ਨੇ ਤਾਂ ਕਿੱਥੋਂ ਬਣਾਏ ਨੇ ਉਸ ਦੀ ਇਨਕੁਆਇਰੀ ਚੱਲ ਰਹੀ ਹੈ ਜੀ। ਇਹਦੇ 'ਚ ਰੇਟ ਦੇ ਵਿੱਚ ਜਾਂ ਕੋਈ ਇਹਦੇ 'ਚ ਬਰਾਮਦਗੀ ਵਾਲੀ ਕੋਈ ਗੱਲ ਨਹੀਂ ਸੀ। ਜਿਹੜਾ ਇਹਨਾਂ ਦਾ ਮੇਨ ਘਰ ਹੈਗਾ ਜੀ ਉਹਦੇ ਵਿੱਚ ਵੀ ਚੈੱਕ ਕੀਤਾ ਅਸੀਂ, ਜਿਹੜਾ ਉਸ ਤੋਂ ਪਹਿਲਾਂ ਜਿੱਥੇ ਜਿੱਥੇ ਇਹਨਾਂ ਦੀਆਂ ਫਰਮਾਂ ਚੱਲਦੀਆਂ ਨੇ ਉਹਦਾ ਸਾਰਾ ਰਿਕਾਰਡ ਚੈੱਕ ਕਰ ਰਹੇ ਹਾਂ। ਬਿਲਕੁਲ ਜੀ, ਜਿਹੜੀ ਇਹਨਾਂ ਦੇ ਨਾਲ ਕਿਉਂਕਿ ਅੱਜ ਉਹ ਆਪ ਖੁਦ ਬਾਹਰ ਸੀ, ਉਹਨਾਂ ਨੇ ਕਿਹਾ ਸੀ ਮੇਰਾ ਬੇਟਾ ਅਤੇ ਮੇਰਾ ਕੋਈ ਦੋਸਤ ਹੈਗਾ ਉਹ ਪ੍ਰੈਜੈਂਟ ਹੋਣਗੇ ਘਰ, ਇਹਨਾਂ ਨੂੰ ਬੁੱਧਵਾਰ ਵਾਸਤੇ ਨੋਟ ਕਰਾਇਆ ਜੀ। ਮਿਸਟਰ ਗੁਰਪ੍ਰੀਤ ਕਾਂਗੜ ਜਿਹੜੇ ਨੇ ਉਹ ਅੱਜ ਕਿਸੇ ਮੀਟਿੰਗ ਦੇ ਵਿੱਚ ਬਾਹਰ ਹੋਣ ਕਰਕੇ ਉਹ ਖੁਦ ਆ ਨਹੀਂ ਸਕੇ, ਜੇ ਆਉਣਗੇ ਤਾਂ ਉਹਦੇ ਨਾਲ ਫਿਰ ਉਹਨਾਂ ਨੂੰ ਵੀ ਬੁਲਾ ਕੇ ਕਰਵਾਵਾਂਗੇ। ਜਿਹਨੂੰ ਦੇਖਣ ਨੂੰ ਮਿਲੇਗੀ ਕਾਫੀ ਸੰਖਿਆ ਟੀਮ ਸੀ, ਇਹ ਟੀਮ ਸਾਰੀ ਪਿੰਡਾਂ ਦਾ ਜਾਂ ਇਹ ਸਾਡੀ ਚੰਡੀਗੜ੍ਹ ਤੋਂ ਦੋ ਟੀਮ ਸੀਗੀਆਂ ਜੀ, ਜਿਹੜੇ ਸਾਡੇ ਸਿਵਲੀਅਨ ਡਿਪਾਰਟਮੈਂਟ ਦੇ ਜਿਵੇਂ ਸਾਡੇ ਐਕਸੀਐਮ DNR ਇਹ ਸਾਰੇ ਹੁੰਦੇ ਨੇ ਜੀ, ਉਹਨਾਂ ਸਾਰਿਆਂ ਨੇ ਆ ਕੇ 6-7 ਉਹ ਸੀਗੇ ਜੀ, ਕੁਛ 7-8 ਬੰਦੇ ਸਾਡੇ ਮਤਲਬ ਇੱਥੋਂ ਦੀ ਬਿਜ਼ਨਸ ਟੀਮ ਬਠਿੰਡਾ ਦੀ ਸੀਗੀ ਜੀ। ਜਿਹਦੇ 'ਚ ਮੇਰੇ ਕੋਲ ਇਹ ਇਨਕੁਆਇਰੀ ਚੱਲ ਰਹੀ ਆ, ਮੇਰਾ ਨਾਂ ਕੁਲਵੰਤ ਸਿੰਘ DSP।